ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਤਰਨਤਾਰਨ ਦੇ ਸਰਹੱਦੀ ਕਸਬਾ ਸਭਰਾ ਵਿਖੇ ਅੱਜ ਕਣਕ ਦੀ ਕਟਾਈ ਦੌਰਾਨ ਕੰਬਾਈਨ ਚੋਂ ਚਿੰਗਾਰੀ ਨਿਕਲਣ ਕਾਰਨ ਕਿਸਾਨਾਂ ਦੀ 25 ਏਕੜ ਕਣਕ ਤੇ 100 ਕਿੱਲੇ ਨਾੜ ਜੋ ਕਿ ਤੂੜੀ ਬਣਾਉਣ ਲਈ ਰੱਖਿਆ ਗਿਆ ਸੀ ਸੜ ਕੇ ਸਵਾਹ ਹੋ ਗਿਆ ਹੈ। ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਲੱਗ ਕੇ ਅੱਗ ਤੇ ਕਾਬੂ ਪਾਇਆ ਗਿਆ। ਉਧਰ ਕਿਸਾਨਾਂ ਵੱਲੋਂ ਹਿੰਮਤ ਨਾ ਕੀਤੀ ਹੁੰਦੀ ਤਾਂ ਇਹ ਅੱਗ ਹਜ਼ਾਰਾਂ ਏਕੜ ਕਣਕ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਸੀ। ਪੀੜਤ ਕਿਸਾਨਾਂ ਵੱਲੋਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਨੁਕਸਾਨ ਹੋਇਆ ਤੁਹਾਡੀ? ਕਿੰਨਾ ਕਣਕ ਸੜੀ ਹੈ ਜੀ ਤੁਹਾਡੀ? 8 ਕਿੱਲੇ ਕਣਕ ਸੜ ਗਈ। ਕਿੰਨੀ ਬੀਜੀ, ਕਿੰਨੀ ਸੀ ਸਾਰੀ ਤੁਸੀਂ? 8 ਬੀਜੀ ਸਾਡੀ ਸੜ ਗਈ। ਖਾਣ ਯੋਗੇ ਦਾਣੇ ਨਹੀਂ ਹੋ ਰਹੇ ਤੇ ਇੱਕ ਹੋਰ ਦਾ ਜਾਂਦਾ ਮਸ਼ੀਨ ਨੇ ਦੇ ਦੇ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸੱਜਣ ਸਿੰਘ, ਮਦੇਸਾ ਸਿੰਘ ਦਾ ਲੜਕਾ ਜੀ। ਜੀ, ਇਹ ਆਪਣੀ 2 ਕਿੱਲੇ ਪੈਰੀ ਸੀ, 2 ਕਿੱਲੇ ਕਣਕ ਸੀ। ਤੁਸੀਂ ਸੜੀ ਕਿੰਨੀ ਜੀ? ਸੜੀ 2 ਕਿੱਲੇ ਕਣਕ ਸੜ ਗਈ ਆ। 2 ਬੀਜੀ ਸੀ? ਹਾਂ, 2 ਬੀਜੀ ਸੀ। ਆਪਣੀ ਜੀ? ਜੱਸਾ ਸਿੰਘ ਜੀ ਮੇਰਾ ਨਾਂ ਹੈ ਤੇ ਮੇਰੀ 4.5 ਕਿੱਲੇ ਕਣਕ ਸੀ। ਗਰੀਬ ਮਾਰ ਹੋਈ ਹੈ ਜੀ, ਸਾਰੇ ਕੁਝ ਸੜ ਗਿਆ ਮੇਰਾ। ਕੋਈ ਨੀ, ਹੌਸਲਾ ਰੱਖੋ, ਹੌਸਲਾ ਰੱਖੋ। ਹਾਂਜੀ ਜੀ, ਹਾਂਜੀ, ਕੀ ਨਾਮ ਵੀ? ਇਹਨਾਂ ਦਾ ਕੀ ਨੁਕਸਾਨ ਹੋਇਆ ਜੀ? 2 ਕਿੱਲੇ ਨਾੜ ਸੜ ਕੇ ਤੇ ਕੇਵਲ ਕਿੰਨੀ ਹੈ ਜੀ? 3 ਕਿੱਲੇ। ਹਾਂਜੀ, 3 ਕਿੱਲੇ। 3 ਕਿੱਲਿਆਂ ਦੀ ਕੀਮਤ ਕਿੰਨੀ ਆ ਜੀ? ਜਿਹੜੀ ਤੁਹਾਡੀ ਤਾਰ ਸੜੀ ਹੈ ਜੀ, ਕੇਬਲ ਜਿਹੜੀ 15-16 ਹਜ਼ਾਰ ਦੀ। ਤੇ ਆਪਣੀ ਹੈਗੀ ਸੀ ਫਸਲ ਕਿੰਨੀ ਸੀ? ਹਾਂਜੀ, 3.5 ਕਿੱਲੇ ਸੀ ਤੇ 2 ਕਿੱਲੇ ਨਾਲ ਸੜ ਗਿਆ। 2 ਕਿੱਲੇ ਨਾਲ, ਚਲੋ ਠੀਕ। ਤਾਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਕੇਬਲ ਦਾ ਤੇ ਜਿਹੜੀ ਫਸਲ ਦਾ ਨੁਕਸਾਨ ਹੋਇਆ ਨਾ, ਉਹਨਾਂ ਨੂੰ ਸਰਦਾਰ ਜੀ ਸਾਡੀ ਬੇਨਤੀ ਹੈ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਫਿਲਹਾਲ ਜਿਹੜੀ ਜਲਦੀ ਤੋਂ ਜਲਦੀ ਜਿਹੜੀ ਨਾ ਬਿਜਲੀ ਦੀ ਕੇਬਲ ਸੜ ਗਈ ਆ, ਇਹਨਾਂ ਦੇ ਡੰਗਰ ਵੀ ਤੇ ਆਏ ਮਰ ਜਾਣੇ ਆ, ਇਹਨਾਂ ਦੀਆਂ ਲਾਈਟਾਂ ਬੁੱਝ ਗਈਆਂ। ਉਹ ਬਹੁਤ ਹੀ ਲੰਮੀ ਕੇਬਲ ਆ, ਉਹ ਇਹ ਨਹੀਂ ਕਲੋ ਪਾ ਸਕਦੇ। ਬਿਜਲੀ ਮਹਿਕਮੇ ਨੂੰ ਤੁਸੀਂ ਖਬਰ ਕਰੋ ਤੇ ਬਿਜਲੀ ਮਹਿਕਮਾ ਇਹਨਾਂ ਦੀ ਆ ਕੇ ਫੌਰੀ ਸਵੇਰੇ ਕੇਬਲ ਪਾਵੇ ਤੇ ਇਹਨਾਂ ਦੀ ਬੱਤੀ ਚਾਲੂ ਕਰੀ। ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਜੇ ਇਹਨਾਂ ਦੇ ਅੱਜ ਤੋਂ ਪਾਣੀ ਖੜੋਵੇ ਤੇ ਆਏ ਮਰਨਗੇ, ਜੇ ਮਤਲਬ ਅੱਜ ਤੋਂ ਇਹਨਾਂ ਦੀ ਕੇਬਲ ਨਹੀਂ ਚੱਲਦੀ ਤੇ। ਬਾਕੀ ਦਾ ਜਿਹੜਾ ਮੁਆਵਜ਼ਾ ਉਹ ਬਾਅਦ ਦੀ ਗੱਲ ਆ, ਪਹਿਲਾਂ ਇਹਨਾਂ ਨੂੰ ਪਾਣੀ ਦਾ ਜਿਹੜਾ ਜ਼ਰੂਰੀ ਹੈ ਵੀ ਇਹਨਾਂ ਦਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਸਵੇਰੇ ਆ ਕੇ ਬਿਜਲੀ ਮੈਂ ਸਰਕਾਰ ਕਰਦੀ ਬਿਜਲੀ ਮਹਿਕਮੇ ਗੜੀ ਵੀ ਇਹਨਾਂ ਦਾ ਛੇਤੀ ਤੋਂ ਛੇਤੀ ਜਿਹੜਾ ਸਵੇਰੇ ਲਿਆ ਕੇ ਕੇਬਲ ਪਾ ਕੇ ਬੱਤੀ ਚਾਲੂ ਕੀਤੀ ਜਾਵੇ, ਇਹਨਾਂ ਦਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਕੀ ਨੁਕਸਾਨ ਹੋਇਆ ਜੀ? ਸਾਡੇ ਕਣਕ ਸੜ ਗਈ ਆ 2.5 ਕਿੱਲੇ। ਬੀਜੀ ਕਿੰਨੀ ਸੀ ਜੀ? ਸਰੀ ਬੀਜੀ ਤਾਂ 3.5 ਕਿੱਲੇ। 2.5 ਸੜ ਗਈ ਹੈ ਜੀ। ਹਾਂਜੀ, ਸਰਪੰਚ ਸਾਹਿਬ ਕੁਛ ਤੁਸੀਂ ਕਹਿਣਾ ਚਾਹੋ ਇਸ ਸੰਬੰਧੀ ਕੋਈ? ਜੀ ਸੰਬੰਧੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਜਿਹੜੇ ਇਹਨਾਂ ਨੂੰ ਨੁਕਸਾਨ ਹੋਇਆ ਇਹਨਾਂ ਨੂੰ ਮੁਆਵਜ਼ਾ ਪੂਰਾ ਦਿੱਤਾ ਜਾਵੇ, ਜਿੰਨੀ ਕਣਕ ਨਿਕਲਦੀ ਆ ਇਹਨਾਂ ਦਾ ਹੱਕ ਪੂਰਾ ਹੋਵੇ। ਇਹ 6 ਮਹੀਨੇ ਹੋਏ ਇਹਨਾਂ ਪੁੱਤਾਂ ਨੂੰ ਜਿਹੜੀ ਇਹ ਫਸਲ ਸਾਂਭ
ਇਹਨੂੰ ਮੁਆਵਜ਼ਾ ਪੂਰਾ ਦਿੱਤਾ ਹੋਇਆ ਵੀ ਜਿੰਨੀ ਕਣਕ ਪੰਜਾਹ ਮਣ ਨਿਕਲ ਰਹੀ ਆ ਉਹਦੇ ਹਿਸਾਬ ਨਾਲ ਪੈਸੇ ਦਿੱਤੇ ਜਾਣੇ ਜੀ। ਕਿਸਾਨ ਤੇ ਤੁਹਾਡੇ ਮਤਲਬ ਸਾਰੇ ਲਾਈਨ ਚ ਖੜੇ ਨੇ, ਨੁਕਸਾਨ ਵੀ ਇਹਨਾਂ ਨੇ ਦੱਸਿਆ ਵੀ ਸਾਡਾ ਲਗਭਗ ਅਸੀਂ ਮੌਕੇ ਦੇ ਮੁਤਾਬਕ ਸਾਰਾ ਜੋਗੇ ਖੰਡੇ ਆ ਜੀ। ਇਹ ਤਾਂ ਇਹ ਸਰਕਾਰ ਤੋਂ ਸਾਡੀ ਮੰਗ ਆ ਜੀ, ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਨਾ ਜੀ, ਇਹਨਾਂ ਦੀ ਜਿਹੜੀ ਖਾਣਾ ਪੂਰਤੀ ਕੀਤੀ ਜਾਵੇ। ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ, ਇਹ ਸਾਰੇ ਕਿਸਾਨ ਜਿਹੜੇ ਇਸੇ 'ਤੇ ਨਿਰਭਰ ਸੀਗੇ ਜੀ। ਇਹਦਾ ਸਾਡੀ ਸਰਕਾਰ ਤੋਂ ਮੰਗ ਆ ਜੀ, ਇਹਨਾਂ ਦੀ ਜੋ ਵੀ ਨੁਕਸਾਨ ਆ ਮੈਨੂੰ ਮਤਲਬ ਜਲਦ ਤੋਂ ਜਲਦ ਇਹਨਾਂ ਨੂੰ ਦਿੱਤਾ ਜਾਵੇ, ਕਿਉਂਕਿ ਤੁਹਾਨੂੰ ਪਤਾ ਵੀ ਜਿਹੜਾ ਕਿਸਾਨ ਆਪਣੀ ਫਸਲ ਕਦੋਂ ਤੋਂ ਕਿਸ ਤਰ੍ਹਾਂ ਕੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਹੈ ਜੀ, ਇੱਕ ਮਿੰਟ ਲੱਗਾ ਜੀ ਸਾਰੀ ਸੜ ਕੇ ਸੌ ਗਈ ਜੀ। ਫਸਲ ਕਿੰਨੀ ਕੁ ਕਣਕ ਸੜੀ ਹੋਵੇਗੀ ਅਤੇ ਕਿੰਨਾ ਕੁ ਨਾੜ ਸੜਿਆ ਜੀ ਅੰਦਾਜ਼ਾ? ਮੈਂ ਜੋ ਮੌਕੇ ਦੇ ਮੁਤਾਬਕ ਵੇਖਿਆ ਜੀ, 22-23 ਕਿੱਲੇ ਕਣਕ ਜਿਹੜੀ ਸੜੀ ਹੈ ਜੀ, 22-23 ਕਿੱਲੇ। ਅਤੇ ਜਿਹੜਾ ਨਾੜ ਆ ਉਹਦਾ ਹਿਸਾਬ ਤਾਂ ਕੋਈ ਨਹੀਂ ਗਾ ਜੀ, ਨਾੜ ਤਾਂ ਬਹੁਤ ਜ਼ਿਆਦਾ ਸੜਿਆ ਜੀ, 100 ਕੁ ਕਿੱਲੇ ਦੇ ਕਰੀਬ ਨਾੜ ਹੈ ਜੀ, ਅਤੇ 22-23 ਕਿੱਲੇ ਜਿਹੜੀ ਕਣਕ ਸੜ ਗਈ ਹੈ ਜੀ, ਬਿਲਕੁਲ ਸੜ ਕੇ ਸੌ ਗਈ। ਸਰਪੰਚ ਜਿਹੜੀਆਂ ਬਾਈਕਾਂ ਵਿੱਚ ਆਈਆਂ ਉਹਨਾਂ ਬਾਈਕਾਂ ਵਾਲਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਤਾਂ ਕੀ ਵਾਪਰਿਆ ਜੀ ਉਹਨਾਂ ਨਾਲ? ਇਸ ਤਰ੍ਹਾਂ ਜੀ ਭਾਜੀ, ਉਹ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ, ਉਹ ਕਿਉਂਕਿ ਲੋਕ ਪਿੰਡ ਦੇ ਆਂਢ ਗੁਆਂਢ ਦੇ ਲੋਕਾਂ ਨੇ ਆ ਕੇ ਮਿੰਟੋ ਮਿੰਟੀ ਸਾਰਾ ਜਿਹੜਾ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਮਤਲਬ ਘਰ ਦਾ ਕੋਈ ਹੋਰ ਜਾਨੀ ਨੁਕਸਾਨ ਨਹੀਂ ਹੋਇਆ। ਇਹ ਪਰਮਾਤਮਾ ਦੀ ਬੜੀ ਕਿਰਪਾ ਰਹੀ ਹੈ ਜੀ, ਚਲੋ ਆਹ ਜਿਹੜਾ ਨੁਕਸਾਨ ਹੋਇਆ ਇਹ ਮਤਲਬ ਕੋਸ਼ਿਸ਼ ਕਰਦਿਆਂ ਕਰਦਿਆਂ ਤੋਂ ਫਿਰ ਵੀ ਮਤਲਬ ਜਿਹੜੀ ਅੱਗ ਜਿਹੜੀ ਬਹੁਤ ਜ਼ਿਆਦਾ ਘਰ ਦੇ ਸਾਹਮਣੇ, ਕੋਈ ਵੇਖੋ ਜੀ ਉਹ ਟਾਹਲੀ ਤੱਕ ਕਿੱਥੋਂ ਤੱਕ ਜਾ ਰਹੀ ਹੈ ਜੀ, ਲੰਬ ਜਿਹੜੀ ਰੋਡ ਤੋਂ ਤੱਕ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਹੋਵੇ ਇਸ ਵੇਲੇ ਤੱਕ ਜੀ? ਦੋ ਪਟਵਾਰੀ ਪਹੁੰਚੇ ਜੀ, ਦੋ ਪਟਵਾਰੀ ਸਾਹਿਬ ਪਹੁੰਚੇ ਸਾਡੇ ਕੋਲ, ਹੋਰ ਤਾਂ ਕੋਈ ਤੱਕ ਨਹੀਂ, ਸਾਰੇ ਪਿੰਡ ਦੇ ਮੋਹਤਵਾਰ ਬੰਦੇ ਸਾਰੇ ਪਹੁੰਚੇ ਜੀ, ਦੀਆਂ ਆਂਢ ਗੁਆਂਢ ਲੋਕਾਂ ਨੇ ਆ ਕੇ ਮਿੰਟੋ ਮਿੰਟੀ ਜਿਹੜੀ ਕੋਸ਼ਿਸ਼ ਕੀਤੀ ਹੈ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।